ਕਲੋਰ ਤੋਂ ਲੈ ਕੇ ਨਕੋਦਰ ਤੱਕ ਤਕਰੀਬਨ ਕੁਝ ਕਿਲੋਮੀਟਰ ਦੀ ਸੜਕ ਹੈ ਜੋ ਕਿ ਕਾਫੀ ਪਿੰਡਾਂ ਨੂੰ ਆਪਸ ਵਿੱਚ ਜੋੜਦੀ ਹੈ। ਇਸ ਸੜਕ ਦੇ ਹਾਲਾਤ ਕਾਫੀ ਵਿਗੜੇ ਹੋਏ ਨੇ, ਸੜਕ ਵਿੱਚ ਬਹੁਤ ਵੱਡੇ ਵੱਡੇ ਟੋਏ ਨੇ ਜਿਸ ਕਾਰਨ ਰੋਜ਼ ਕੋਈ ਨਾ ਕੋਈ ਹਾਦਸਾ ਹੋਣਾ ਆਮ ਜੀ ਗੱਲ ਹੈ ਅਤੇ ਵਾਪਰੇ ਹਾਦਸਿਆਂ 'ਚ ਕੀਮਤੀ ਜਾਨਾਂ ਵੀ ਜਾ ਚੁੱਕੀਆਂ ਨੇ। ਸੜਕ ਦੀ ਮੁਰੰਮਤ ਸੰਬੰਧੀ ਇਲਾਕਾ ਨਿਵਾਸੀਆਂ ਨੇ ਕਈ ਵਾਰ ਰੋਸ ਪ੍ਰਦਰਸ਼ਨ ਵੀ ਕੀਤੇ ਨੇ, ਪਰ ਹੁਣ 10 ਸਾਲ ਬਾਅਦ ਇਲਾਕਾ ਨਿਵਾਸੀਆਂ ਦੀ ਮੰਗ ਪੂਰੀ ਕਰਦਿਆਂ ਫਿਲੌਰ ਤੋਂ ਲੈ ਕੇ ਕਾਲਾ ਸੰਗਿਆ ਤੱਕ ਸੜਕ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ। ਇਸ ਸੜਕ ਦਾ ਉਦਘਾਟਨ SD ਵਿਨੀਤ ਕੁਮਾਰ ਦੀ ਹਾਜ਼ਰੀ ਵਿੱਚ ਚੌਧਰੀ ਵਿਕਰਮਜੀਤ ਨੇ ਕੀਤਾ ਅਤੇ ਲੋਕਾਂ ਨੇ ਇਸ ਦਾ ਤਹਿ ਦਿਲੋਂ ਧੰਨਵਾਦ ਕੀਤਾ। ਫਿਲੌਰ ਤੋਂ ਪ੍ਰਭਪਾਲ ਦੀ ਰਿਪੋਰਟ। ਚੌੜਾਈ ਵੀ ਵਧੇਗੀ ਜਾਂ ਇੰਨੀ ਰਹੇਗੀ? ਚੌੜਾਈ ਇਹਦੀ 7 ਮੀਟਰ ਹੈ ਪਹਿਲੀ। ਅੱਛਾ, ਚੌੜਾਈ 7 ਮੀਟਰ ਰਹੂਗੀ ਜੀ ਤੇ ਇਹਦੀ ਸਟਰੈਂਥ ਇਹਨੂੰ ਆਪਾਂ ਕਰਾਂਗੇ ਲੇਟੈਸਟ ਮਟੀਰੀਅਲ ਦੇ ਨਾਲ। ਲੇਕਿਨ ਜਿਹੜਾ ਮੌਸਮ ਦੇ ਹਿਸਾਬ ਨਾਲ ਸਰ ਜਿਹੜਾ ਹੈਗਾ ਜਿਹੜਾ ਸੜਕ ਦਾ ਬਣਾਉਣ ਦਾ ਹੁੰਦਾ ਕੰਮ ਉਹ ਮਈ ਮਹੀਨੇ ਵਿੱਚ ਬਣਦੀ ਹੈਗੀ ਆ। ਇਹ ਫਰਵਰੀ 15 ਤੋਂ ਬਾਅਦ ਠੀਕ ਹੋ ਜਾਂਦਾ ਮੌਸਮ ਜੀ ਤੇ ਅਸੀਂ ਉਹ ਜਿਹੜਾ DBM ਔਰ BC ਦਾ ਕੰਮ ਆ ਜੀ ਉਹ ਅਸੀਂ ਸ਼ੁਰੂ ਕਰਾਂਗੇ ਫਰਵਰੀ ਦੇ ਵਿੱਚ ਜੀ, ਬਾਕੀ ਜਿਹੜਾ ਕੰਮ ਆ ਉਹ ਅਸੀਂ ਪਹਿਲਾਂ ਹੀ ਕਰਾਂਗੇ। ਇਹ ਜਿਹੜਾ ਰਕਬਾ ਵਿਧਾਨ ਸਭਾ ਹਲਕਾ ਫਲੋਰ 'ਚ ਪੈਂਦਾ ਹੈ ਤਕਰੀਬਨ 11.4 ਕਿਲੋਮੀਟਰ ਦਾ ਹੈ ਔਰ ਤਕਰੀਬਨ 6 ਕਰੋੜ ਦੀ ਲਾਗਤ ਨਾਲ ਇਹ ਸੜਕ ਮੁਕੰਮਲ ਹੋਣੀ ਹੈ ਔਰ ਮਾਰਚ ਮਹੀਨੇ ਦੇ ਐਂਡ ਤੱਕ ਇਸ ਸੜਕ ਨੂੰ ਪੂਰਾ ਕਰਨ ਦਾ ਟੀਚਾ ਹੈ। ਇਹਦੇ ਨਾਲ ਨਾਲ ਅਸੀਂ ਮਹਿਕਮੇ ਦੇ ਸਾਰੇ ਅਧਿਕਾਰੀ ਆ ਜਿੱਥੇ ਆਏ ਨੇ ਉਹਨਾਂ ਨੂੰ ਇਹ ਬੇਨਤੀ ਕੀਤੀ ਹੈ ਕਿ ਜਿਹੜੀ ਇਹ ਸੜਕ ਰੇਲਵੇ ਕ੍ਰੋਸਿੰਗ ਤੋਂ ਲੈ ਕੇ ਗੁਰੂ ਅਰਦਾਸ ਮਹਾਰਾਜ ਜੀ ਦੇ ਗੁਰਦੁਆਰਾ ਸਾਹਿਬ ਤੱਕ ਉਹ ਗੁਰਪੁਰਬ ਤੋਂ ਪਹਿਲਾਂ ਸਾਨੂੰ 1 ਫਰਵਰੀ ਤੱਕ ਇਹ ਮੁਕੰਮਲ ਕਰਕੇ ਦੇਣਗੇ ਔਰ ਜਿਹੜੀ ਇਹ ਪੂਰੀ ਸੜਕ ਹੈ ਇਹ ਤਕਰੀਬਨ 46 ਕਿਲੋਮੀਟਰ ਦੀ ਸਟ੍ਰੈਚ ਹੈ ਔਰ ਇਹਦੇ 'ਤੇ ਤਕਰੀਬਨ 26 ਕਰੋੜ ਦੀ ਲਾਗਤ ਨਾਲ ਇਹ ਸੜਕ ਤਿਆਰ ਹੋਣ ਜਾ ਰਹੀ ਹੈ। ਜਲੰਧਰ ਵਿਖੇ ਅੱਜ